ਇਹ ਵੀਡੀਓ ਕਾਨ ਫੈਸਟੀਵਲ ਦਾ ਹੈ ਜਿੱਥੇ ਇੱਕ ਔਰਤ ਗਾਊਨ ਉਤਾਰ ਕੇ ਵਿਰੋਧ ਪ੍ਰਦਰਸ਼ਨ ਕਰਨ ਲੱਗੀ। ਔਰਤ ਨੇ ਆਪਣੇ ਕੱਪੜੇ ਉਤਾਰੇ ਅਤੇ ਲੋਕਾਂ ਵਿਚਾਲੇ ਆ ਗਈ। ਔਰਤ ਨੇ ਆਪਣੇ ਸਰੀਰ ਤੇ ਲਾਲ ਰੰਗ ਦਾ ਪੇਂਟ ਕੀਤਾ ਹੋਇਆ ਸੀ। ਉਹ ਸਾਡਾ ਬਲਾਤਕਾਰ ਬੰਦ ਕਰੋ ਦੇ ਨਾਰੇ ਵੀ ਲਗਾ ਰਹੀ ਸੀ। ਔਰਤ ਨੇ ਸਰੀਰ ਤੇ ਯੂਕਰੇਨ ਦਾ ਝੰਡਾ ਵੀ ਪੇਂਟ ਰਾਹੀਂ ਬਣਾਇਆ ਹੋਇਆ ਸੀ। ਸੁਰੱਖਿਆ ਕਰਮੀਆਂ ਨੇ ਜਿਵੇਂ ਤਿਵੇਂ ਕਰਕੇ ਉਸ ਔਰਤ ਨੂੰ ਉੱਥੋਂ ਬਾਹਰ ਕੀਤਾ।